ਜ਼ਿਲ੍ਹਾ ਤਰਨਤਾਰਨ ਦੇ ਪਿੰਡ ਸਾਹਪੁਰ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਦੂਸਰੀ ਕਲਾਸ ਦੇ ਵਿਦਿਆਰਥੀਆਂ ਦੇ ਕੋਰੋਨਾ ਪੋਜ਼ਿਟਿਵ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੇ ਤਹਿਤ ਸਕੂਲ ਦੇ ਪ੍ਰਿੰਸੀਪਲ ਵੱਲੋਂ ਦੂਸਰੀ ਕਲਾਸ ਦੇ ਸਾਰੇ ਬੱਚਿਆਂ ਨੂੰ 14 ਦਿਨਾਂ ਦੀ ਛੁੱਟੀ ਦੇ ਦਿੱਤੀ ਗਈ ਹੈ ਅਤੇ ਪੂਰੇ ਸਕੂਲ ਨੂੰ ਸੈਨੇਟਾਈਜ਼ ਕਰਵਾਇਆ ਗਿਆ ਹੈ। ਜਿਸ ਦੇ ਚੱਲਦਿਆਂ ਸਿਹਤ ਵਿਭਾਗ ਦੇ ਵਧੀਕ ਸਿਵਲ ਸਰਜਨ ਡਾਕਟਰ ਕਵਲਜੀਤ ਸਿੰਘ ਵੱਲੋਂ ਦੱਸਿਆ ਗਿਆ ਕਿ ਹੁਣ ਤੱਕ 133 ਸਕੂਲਾਂ ਦੇ 8599 ਵਿਦਿਆਰਥੀਆਂ ਦੇ ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ। ਪ੍ਰਿੰਸੀਪਲ ਕੁਲਦੀਪ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸਕੂਲ ਦੇ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ। ਸਰ, ਉਹ ਦੂਸਰੀ ਕਲਾਸ ਦੇ ਬੱਚੇ ਸੀ ਅਤੇ ਉਹਨਾਂ ਦੇ ਵਿੱਚ ਕਾਫੀ ਟਾਈਮ ਤੋਂ ਨਾ ਉਹਨਾਂ ਦੇ ਮਤਲਬ ਮੈਨੂੰ ਲੱਗਾ ਸੀ ਕਿ ਉਹਨਾਂ ਨੂੰ ਜ਼ੁਕਾਮ ਖਾਂਸੀ ਆਉਂਦੀ ਹੈ। ਇਹ ਲੱਛਣ ਥੋੜ੍ਹੇ ਕੁ ਕਿਉਂ ਨਾ ਇਹਦਾ ਸ਼ੱਕ ਨਾ ਕਿਉਂ ਨਾ ਕੱਢ ਲਿਆ ਗਿਆ ਸੀ। ਸਰ, ਉਹ ਨਾਲ ਦੀ ਆਪਾਂ ਹੈਲਥ ਕਲੀਨਿਕ 'ਚ ਉਸੇ ਵੇਲੇ ਬੱਚਿਆਂ ਨੂੰ ਜਾ ਕੇ ਉਹਨਾਂ ਨੂੰ ਚੈੱਕ ਕਰਾ ਗਿਆ ਅਤੇ ਉਹਨਾਂ ਨੂੰ ਤਿੰਨ ਬੱਚੇ ਖੜ੍ਹੇ ਅਤੇ ਤਿੰਨਾਂ ਦੇ ਵਿੱਚੋਂ ਦੋ ਬੱਚੇ ਕਰੋਨਾ ਪੋਜ਼ੀਟਿਵ ਨਿਕਲੇ ਜੀ। ਅਤੇ ਉਸੇ ਵੇਲੇ ਮੈਂ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਸੀ ਅਤੇ ਉਸ ਕਲਾਸ ਨੂੰ ਅਸੀਂ ਛੁੱਟੀ ਕਰਤੀ ਜਿੱਥੇ ਜਿੱਥੇ ਨੇੜੇ ਸੀ। ਅਤੇ ਅੱਜ ਸਾਰਾ ਸਕੂਲ ਅਸੀਂ ਹੈਲਥ ਡਿਪਾਰਟਮੈਂਟ ਸਾਡਾ ਉਹ ਬੱਚਿਆਂ ਦਾ ਕਰੋਨਾ ਟੈਸਟ ਅਸੀਂ ਕਰਾ ਦਿੱਤਾ ਗਿਆ। ਮਹੀਨੇ 11 ਅਗਸਤ ਤੋਂ ਜੋ ਸਕੂਲ ਖੁੱਲ੍ਹੇ ਨੇ ਉੱਥੋਂ ਕਿ ਅਸੀਂ ਸੈਂਪਲ ਸ਼ੁਰੂ ਕਰਨੇ ਸ਼ੁਰੂ ਕੀਤੇ ਸੀ ਸਕੂਲਾਂ ਦੇ ਵਿੱਚ ਅਤੇ ਤਕਰੀਬਨ ਹੁਣ ਸਹੀ ਹੁਣ ਤੱਕ ਅਸੀਂ 133 ਸਕੂਲਾਂ ਨੂੰ ਵਿਜ਼ਿਟ ਕਰ ਚੁੱਕੇ ਹਾਂ ਜਿਹਨਾਂ 'ਚ 8599 ਬੱਚਿਆਂ ਨੂੰ ਅਸੀਂ ਟੈਸਟ ਕੀਤਾ ਹੈ। ਹਜੇ ਤੱਕ ਸਾਡੇ ਸਾਰੇ ਕੱਲ੍ਹ ਤੱਕ ਜਿੰਨੇ ਵੀ ਸੈਂਪਲ ਅਸੀਂ ਕੀਤੇ ਹੈ ਸਾਰੇ ਦੇ ਸਾਰੇ ਸਟਾਫ ਦੇ ਵੀ ਅਤੇ ਬੱਚਿਆਂ ਦੇ ਵੀ ਸਾਰੇ ਨੈਗੇਟਿਵ ਆਏ ਸੀ। ਕੱਲ੍ਹ ਇੱਕ ਸਕੂਲ ਹੈ ਐਲੀਮੈਂਟਰੀ ਸਕੂਲ ਸ਼ਹਾਪੁਰ, ਉੱਥੇ ਦੋ ਬੱਚੇ ਸਾਡੇ ਪੋਜ਼ੀਟਿਵ ਆਏ ਨੇ, ਉਹਨਾਂ ਦਾ ਰੈਪਿਡ ਐਂਟੀਜਨ ਟੈਸਟ ਕੀਤਾ ਗਿਆ ਸੀ। ਉਹਨਾਂ ਦੇ ਟੀਚਰ ਸਨ, ਉਹਨਾਂ ਨੇ ਦੇਖਿਆ ਕਿਸੇ ਬੱਚੇ ਵਿੱਚ ਕੋਈ ਸਿੰਪਟਮ ਸਨ ਅਤੇ ਉਹਨਾਂ ਨੇ ਨਾਲ ਦੇ ਸੈਂਟਰ 'ਤੇ ਜਾ ਕੇ ਬੱਚੇ ਦੇ ਜਾ ਕੇ ਟੈਸਟ ਕਰਵਾਇਆ।